ਰੱਖੜ ਪੁੰਨਿਆਂ ਦਾ ਸਿੱਖਾਂ ਨਾਲ ਕੋਈ ਸੰਬੰਧ ਹੀ ਨਹੀਂ ਗਾ, ਗੁਰੂ ਸਾਹਿਬ ਨਾਲ ਕੋਈ ਸੰਬੰਧ ਨਹੀਂ ਗਾ। ਹੁਣ ਉਹਨੂੰ ਰੱਖੜੇ ਪੁੰਨਿਆਂ ਨਾਲ ਕਿਉਂ ਜੋੜ ਦਿੱਤਾ ਹੈ? ਅਸਲ 'ਚ ਕੀ ਹੋਇਆ ਹੈ, ਜਦੋਂ ਮੱਖਣ ਸ਼ਾਹ ਲੁਬਾਣਾ ਇੱਥੇ ਆਇਆ ਨਾ ਬਾਬਾ ਕਾਲਾ ਸਾਹਿਬ ਦੀ ਧਰਤੀ 'ਤੇ, ਜਦੋਂ ਉਹਦਾ ਬੇੜਾ ਕਿਨਾਰੇ ਲੱਗਾ ਸੀ, ਉਹਨੇ ਅਰਦਾਸਾਂ ਬੇਨਤੀਆਂ ਮਹਾਰਾਜ ਨੂੰ ਕੀਤੀਆਂ ਸੀ, ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਹਾਜ਼ਰ ਹੋਇਆ, ਜਦੋਂ ਉਹਨੇ ਵੇਖਿਆ ਇੱਥੇ ਬੜੇ ਗੁਰੂ ਬਣ ਕੇ ਬੈਠੇ, 22 ਮੰਜੀਆਂ ਲਾ ਕੇ ਬੈਠੇ ਗੁਰੂ, ਉਹਨੇ ਸਾਰਿਆਂ ਅੱਗੇ ਪੈਸੇ ਰੱਖੇ, ਉਹ ਪੈਸੇ ਲੈ ਲਿਆ ਉੱਠਦੇ ਗਏ, ਪਾਸੇ ਹੁੰਦੇ ਗਏ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨਾਂ 'ਚ ਸਜਦਾ ਕੀਤਾ, ਨਮਸਕਾਰ ਕੀਤੀ, ਭੇਟਾ ਰੱਖੀ ਆ। ਬਚਨ ਵਿੱਚ ਬਿਲਾਸ ਹੋਇਆ, ਵਿਚਾਰ ਹੋਈ, ਮੱਖਣ ਸ਼ਾਹ ਨੂੰ ਯਕੀਨ ਹੋ ਗਿਆ ਵੀ ਮੇਰੇ ਬੇੜੇ ਨੂੰ ਮੋਢਾ ਲਾ ਕੇ ਪਾਰ ਲੰਘਾਉਣ ਵਾਲਾ ਸਤਿਗੁਰ ਇਹੋ ਹੀ ਹੈ, ਇਹੋ ਹੀ ਹੈ। ਉਹਨੇ ਕੋਠੇ ਚੜ੍ਹ ਕੇ ਸ਼ਬਦ ਗਾਉਣੇ ਸ਼ੁਰੂ ਕਰਤੇ ਸੀ, ਗੁਰ ਲਾਧੋ ਰੇ, ਗੁਰ ਲਾਧੋ ਰੇ, ਭੁੱਲੀਏ ਸੰਗਤੇ ਮੈਂ ਗੁਰ ਲੱਦਾ ਮਰਦ ਮਹਾਨ, ਇਹ ਭੁੱਲੀਏ ਸੰਗਤੇ ਮੈਨੂੰ ਮਰਦ ਮਹਾਨ ਗੁਰੂ ਲੱਭ ਗਿਆ ਹੈ। ਹੁਣ ਜਦੋਂ ਸਤਿਗੁਰੂ ਮਹਾਰਾਜ ਨੂੰ ਪ੍ਰਗਟ ਕੀਤਾ, ਉਹ ਦਿਨ ਹੈਗੀ ਆ ਪੂਰਨਮਾਸ਼ੀ, ਇਹਨਾਂ ਦਿਨਾਂ ਵਿੱਚ ਪੂਰਨਮਾਸ਼ੀ ਦਾ ਉਹ ਦਿਨ ਸੀਗਾ, ਉਸ ਸਮੇਂ ਮੁਤਾਬਕ ਇਹ ਜਿਹੜਾ ਤਿਉਹਾਰ ਸੀਗਾ ਇਹ ਇਸੇ ਮਹੀਨੇ ਦੀ ਪੂਰਨਮਾਸ਼ੀ ਨੂੰ ਆਉਂਦਾ ਸੀ। ਸਿੱਖ ਸੰਗਤਾਂ ਉਦੋਂ ਪ੍ਰਗਟ ਦਿਹਾੜਾ ਗੁਰੂ ਤੇਗ ਬਹਾਦਰ ਸਾਹਿਬ ਦਾ ਮਨਾਉਂਦੀਆਂ ਹੁੰਦੀਆਂ ਸੀ, ਅਤੇ ਹੌਲੀ ਹੌਲੀ ਪ੍ਰਗਟ ਦਿਹਾੜਾ ਗੁਰ ਲਾਧੋ ਰੇ ਦਿਨ ਛੱਡ ਕੇ, ਅਤੇ ਲੋਕਾਂ ਨੇ ਰੱਖੜ ਪੁੰਨਿਆਂ ਨਾਲ ਇਸ ਨੂੰ ਬੰਧਨ ਬੰਨ੍ਹ ਦਿੱਤਾ ਵੀ ਸਾਡਾ ਤਿਉਹਾਰ ਜਿਵੇਂ ਹੋਵੇ ਰੱਖੜ ਪੁੰਨਿਆਂ। ਅਸਲ ਵਿੱਚ ਦਿਹਾੜਾ ਰੱਖੜ ਪੁੰਨਿਆਂ ਨਹੀਂ, ਅਸਲ 'ਚ ਦਿਹਾੜਾ ਬਾਬਾ ਬਕਾਲਾ ਸਾਹਿਬ ਦੀ ਧਰਤੀ ਦਾ ਹੈ, ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਗਟ ਦਿਹਾੜਾ ਹੈ। ਗੁਰੂ ਤੇਗ ਬਹਾਦਰ ਸਾਹਿਬ ਨੂੰ ਮੱਖਣ ਸ਼ਾਹ ਲੁਬਾਣੇ ਨੇ ਉਹਦੇ ਨੂੰ ਪ੍ਰਗਟ ਕੀਤਾ ਸੀਗਾ,